ਹੁਣ ਮੈਨੂੰ ਦੱਸ ਦੇ। ਅਸਲਾਮ ਵਾਲੇਕਮ ਜੀ, ਸਭ ਦੋਸਤਾਂ ਦਾ ਕੀ ਹਾਲ ਚਾਲ ਹੈ? ਸਭ ਠੀਕ ਠਾਕ ਹੋ, ਖਰੀਅਤ ਨਾਲ ਹੋ? ਸਭ ਦੋਸਤ ਬੜੀ ਮੁਹੱਬਤ ਕਰਦੇ ਨੇ, ਬੜੀ ਸ਼ਫਕਤ ਕਰਦੇ ਨੇ। ਅਗਰ ਮੈਂ ਕੋਈ ਲਾਈਵ ਇੰਟਰਵਿਊ ਕਰਾਂ ਜਾਂ ਕੋਈ ਫੇਸਬੁੱਕ 'ਤੇ ਕਮੈਂਟ ਸਟੇਟਸ ਅਪਡੇਟ ਕਰਾਂ, ਸਭ ਦੋਸਤ ਬਹੁਤ ਹੀ ਮੁਹੱਬਤ ਦਾ, ਬਹੁਤ ਹੀ ਸ਼ਫਕਤ ਦਾ ਇਜ਼ਹਾਰ ਕਰਦੇ ਨੇ। ਮੈਂ ਇਸ ਕਾਬਲ ਨਹੀਂ ਜਿਤਨਾ ਲੋਕ ਮੈਨੂੰ ਪਿਆਰ ਕਰਦੇ ਨੇ। ਸਿਰਫ ਔਰ ਸਿਰਫ ਜਿਹੜਾ ਕਬੂਤਰ ਪਰਵਰੀ ਦੀ, ਮੈਂ ਸਮਝਦਾ ਅਗਰ ਕੋਈ ਚਾਰ ਦੋਸਤ ਅੱਛੇ ਲਫਜ਼ਾਂ ਨਾਲ ਯਾਦ ਕਰਦੇ ਨੇ ਤਾਂ ਇਹ ਨੇਕ ਨੀਤੀ ਹੈ। ਔਰ ਕਬੂਤਰ ਪਰਵਰੀ ਦੇ ਵਿੱਚ ਜਿਹੜੇ ਕੁਛ ਦੋਸਤ ਨੇ ਉਹਨਾਂ ਦੇ ਨਾਲ ਆਪਣਾ ਕੁਛ ਇਲਮ ਅਸੀਂ ਜਿਹੜਾ ਸ਼ੋਅ ਕਰਦੇ ਹਾਂ ਉਹਦਾ ਨਤੀਜਾ, ਜਾਂ ਕੋਈ ਨਵੇਂ ਜਿਹੜੇ ਨਿਊ ਕਮਰ ਨੇ ਉਹਨਾਂ ਦੀ ਰਹਿਨੁਮਾਈ ਕਰਦੇ ਹਾਂ। ਅਤੇ ਮੈਂ ਸਰ ਅੱਜ ਮੌਜੂਦ ਹਾਂ ਜਨਾਬ ਉਸਤਾਦ ਅਖਤਰ ਮਜੀਦ ਅਵਾਨ ਸਾਹਿਬ ਕੋਲ, ਫੈਸਲਾਬਾਦ ਦੇ ਬੜੇ ਜ਼ਬਰਦਸਤ ਖਿਲਾੜੀ ਨੇ, ਉਸਤਾਦ ਬਹੁ ਇਜਾਜ਼ ਸਾਹਿਬ ਦੇ ਸ਼ਾਗਿਰਦ ਨੇ, ਔਰ ਬੜੇ ਹੀ ਜ਼ਬਰਦਸਤ ਇਹਨਾਂ ਦੇ ਕੋਲ ਕਬੂਤਰ ਨੇ। ਅਕਸਰ ਔਕਾਤ ਇਹਨਾਂ ਦੇ ਕੋਲੋਂ ਬੱਚੇ ਵਗੈਰਾ ਲੈ ਕੇ ਅਸੀਂ ਮੁਖਤਲਿਫ ਜਗ੍ਹਾ ਦੇ ਉੱਪਰ ਉਹ ਸੇਲ ਆਊਟ ਕਰੀਦੇ ਨੇ, ਦੇ ਵੀ ਦੇਈਦੇ ਨੇ। ਕਿਸੇ ਦੋਸਤਾਂ ਨੂੰ ਕੋਈ ਪਿਆਰ ਵਾਲਾ ਹੋਵੇ ਤਾਂ ਇਹਨਾਂ ਕੋਲੋਂ ਵੀ ਲਾਜ਼ਮੀ ਲੈ ਕੇ ਦੇਈਦਾ। ਉਹਨਾਂ ਦੀ ਸਪੈਸ਼ਲ ਦਾਵਤ ਸੀ ਮੈਨੂੰ ਕਿ ਲਾਜ਼ਮੀ ਅੱਜ ਤੁਸੀਂ ਮੇਰੇ ਲਾਓ ਔਰ ਆ ਕੇ ਕਬੂਤਰਾਂ ਦਾ ਸ਼ੌਕ ਕਰਾਓ, ਤਾਂ ਕਿ ਇੱਕ ਤਾਂ ਜ਼ਰਾ ਦੋਸਤਾਂ ਨਾਲ ਇੰਟਰੋਡਕਸ਼ਨ ਹੋ ਜਾਵੇ ਅਤੇ ਦੂਸਰੇ ਨੰਬਰ ਦੇ ਉੱਪਰ ਕਿਸੇ ਦੋਸਤ ਨੂੰ ਅਗਰ ਕੋਈ ਕਬੂਤਰ ਚਾਹੀਦਾ ਹੋਵੇ, ਕੋਈ ਪਸੰਦ ਹੋਵੇ, ਤਾਂ ਉਹ ਵੀ ਇਹਨਾਂ ਦੇ ਨਾਲ ਸੈਟਿੰਗ ਕਰ ਲਏ ਔਰ ਆਪਣਾ ਜਿਹੜਾ ਵੀ ਉਹਦਾ ਟਾਰਗੇਟ ਹੈ ਉਹ ਪੂਰਾ ਕਰ ਲਏ। ਅਤੇ ਮੁਲਾਕਾਤ ਕਰਾਉਂਦੇ ਹਾਂ ਤੁਹਾਡੀ, ਨਾਲੇ ਕਬੂਤਰਾਂ ਦਾ ਸ਼ੌਕ ਕਰਾਉਂਦੇ ਹਾਂ, ਨਾਲੇ ਉਹਨਾਂ ਦਾ ਮੈਂ ਇਨਸ਼ਾਅੱਲਾ ਨੰਬਰ ਵੀ ਐਡ ਕਰ ਦਿਆਂਗਾ। ਉਹਨਾਂ ਦਾ ਨੰਬਰ ਹੈ 0376653030, ਇਹ ਨੰਬਰ ਹੈ ਉਹਨਾਂ ਦਾ। ਅਤੇ ਮੈਂ ਕੈਮਰੇ ਦਾ ਰੁੱਖ ਕਰਦਾ ਵਾਂ ਜਨਾਬ ਭਾਈ ਅਖਤਰ ਵੱਲ। ਅਸਲਾਮੁਅਲੈਕਮ, ਕੀ ਹਾਲ ਹੈ ਜੀ? ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਭਾਈ, ਸਭ ਖੈਰੀਅਤ ਹੈ, ਕਰਮ ਅੱਲਾ ਦਾ। ਅੱਛਾ ਭਾਈ ਅਖਤਰ, ਦੱਸਣਾ ਜ਼ਰਾ ਕਿੰਨੀ ਦੇਰ ਤੋਂ ਸ਼ੌਕ ਕਰਦੇ ਪਏ ਹੋ ਤੁਸੀਂ? ਯਾਰ ਬਚਪਨ ਤੋਂ ਸ਼ੌਕ ਆ ਰਿਹਾ, ਤੁਹਾਨੂੰ ਪਤਾ ਕਿ ਝੋਈ ਸਾਹਿਬ ਦੇ ਨਾਲ ਨਾਲ ਰਹੀਦਾ ਜੀ, ਝੋਈ ਕਮਰ ਜ਼ਮਾਨ ਦੇ ਜੀ ਜੀ, ਅਤੇ ਸ਼ੌਕ ਤੋਂ ਬਚਪਨ ਦੇ, ਬਚਪਨ ਤੋਂ ਅਸੀਂ ਉਹਨਾਂ ਨੂੰ ਦੇਖ ਦੇਖ ਕੇ। ਬਿਲਕੁਲ ਸਹੀ, ਹਾਂਜੀ। ਅੱਛਾ ਦੂਸਰੇ ਨੰਬਰ 'ਤੇ ਮੈਨੂੰ ਸਰ ਇਹ ਦੱਸਣਾ ਤੁਸੀਂ ਕਿ ਮਤਲਬ ਆ ਜਿਹੜੇ ਜੇ ਤੁਹਾਡੇ ਕੋਲ ਕਬੂਤਰ ਨੇ ਜਿਹੜੇ, ਇਹ ਕਿਹੜੇ ਕਬੂਤਰ ਨੇ? ਮੈਂ ਤਾਂ ਝੋਈ ਜ਼ਮਾਨ ਕੋਈ ਲੈਂਦਾ, ਤੁਹਾਨੂੰ ਪਤਾ ਉਹ ਕੋਈ ਬਾਹਰੋਂ ਵੀ ਲਿਆਉਣ ਮੈਨੂੰ ਦੇ ਦਿੰਦੇ ਆ, ਕੋਈ ਆਪਣੇ ਘਰ ਦੇ ਜਿਹੜੇ ਕਬੂਤਰ ਆ ਮੇਰੇ ਕੋਲ ਜ਼ਿਆਦਾਤਰ ਦੇ ਉਹਨਾਂ ਦੇ, ਉਹਨਾਂ ਦੇ ਦਿੱਤੇ ਹੋਏ ਆ। ਅੱਛਾ ਅੱਛਾ, ਠੀਕ। ਅਤੇ ਕੀ ਰਿਜ਼ਲਟ ਹੈ ਇਹਨਾਂ ਕਬੂਤਰਾਂ ਦਾ? ਤੁਸੀਂ ਮੇਰੇ ਕੋਲ ਬੱਚੇ ਲੈ ਕੇ ਯਾਰਾਂ ਦੋਸਤਾਂ ਨੂੰ ਦਿੱਤੇ ਹੀ ਆ ਜੀ ਜੀ, ਉਹ ਰਿਜ਼ਲਟ ਤੁਹਾਡੇ ਕੋਲ ਹੀ ਆ ਮਾਸ਼ਾਅੱਲਾ। ਇੱਥੇ ਵੀ ਸ਼ਹਿਰ ਦੇ ਵਿੱਚ ਵੀ ਉਸਤਾਦ ਸ਼ਹਿਜ਼ਾਦਾ ਝੰਗ ਰੋੜਾ ਉਹਨਾਂ ਨੂੰ ਦੇਈਦੇ ਆ, ਬਹੁ ਦੇ ਛੱਡੀਦੇ ਆ ਜੀ, ਕਦੀ ਆਪਣਾ ਮੇਰਾ ਦੋਸਤ ਆ ਰਜ਼ਾਕ, ਉਸਤਾਦ ਰਜ਼ਾਕ ਉਹਨਾਂ ਨੂੰ ਵੀ ਦਿੱਤੇ ਆ, ਉਸਤਾਦ ਨਦੀਮ ਦੀਮਾ ਵਾ, ਉਹ ਮੁਖਤਲਿਫ ਆਪਣੇ ਯਾਰਾਂ ਦੋਸਤਾਂ ਨੂੰ ਮੇਰੇ ਕੋਲ ਲੈ ਕੇ ਇਹਨਾਂ ਦਿੰਦਾ ਰਹਿੰਦਾ ਜੀ। ਅਤੇ ਹੋਰ ਵੀ ਆ ਚਨਿਓਟ ਭੋਲੇ ਦਾ ਫੋਨ ਆ, ਮੈਨੂੰ ਲੱਗਦਾ ਉਹਨਾਂ ਨੇ ਪੜ੍ਹ ਲਿਆ, ਕਮੈਂਟ ਸੁਣ ਲਓ ਫੋਨ ਚਲੋ ਨਹੀਂ ਹੋਰ ਕਿਸੇ। ਅੱਛਾ ਸਹੀ ਹੋ ਗਿਆ। ਅਤੇ ਮਾਸ਼ਾਅੱਲਾ ਹੁਣ ਤੁਹਾਡੇ ਕੋਲ ਕਿੰਨਾ ਕੁ ਜੋੜਾ ਲੱਗਾ ਇਸ ਟਾਈਮ? ਮੇਰੇ ਕੋਲ ਤਕਰੀਬਨ 60-65 ਜੋੜੇ ਲੱਗੇ ਆ। 60-65 ਜੋੜੇ ਲੱਗੇ, ਜ਼ਰਾ ਜਿਹੜੇ ਕੋਲ ਆਪਣੇ ਪਾਸ ਜੋੜੇ ਨੇ ਉਹ ਜੋੜੇ ਜਿਹੜੇ ਕੋਈ ਕਿਸੇ ਦੋਸਤ ਨੂੰ ਅਗਰ ਕੋਈ ਪਸੰਦ ਵੀ ਹੋਵੇ, ਉਹ ਮਤਲਬ ਦੇਣ ਦਾ ਹੌਸਲਾ ਵੀ ਹੋਵੇ ਤੁਹਾਡੇ ਵਿੱਚ, ਅਤੇ ਉਹਦਾ ਜ਼ਰਾ ਸ਼ੌਕ 'ਤੇ ਕਰਾਓ ਕਿਹੜੇ ਕਿਹੜੇ ਨੇ, ਇੱਕ ਦੋ ਫੜ ਕੇ ਜ਼ਰਾ ਬੇਟਨ ਕੋਲ। 47 ਨੰਬਰ ਲਿਖਿਆ, ਮੈਂ ਜ਼ਿਆਦਾਤਰ ਜੋੜੇ ਤਾਂ ਕੱਟ ਕੇ ਰੱਖੇ ਆ, ਤੁਹਾਨੂੰ ਪਤਾ ਕਿ ਮੈਂ ਵਿਹੜੇ ਛੱਡ ਦਿੰਦਾ, ਤਾਂ ਕੋਈ ਜਾਲ ਜੁੜ ਨਹੀਂ ਆ, ਤੁਹਾਨੂੰ ਸ਼ੌਕ ਕਰਾਉਂਦੇ ਆ। ਲੈ ਗਿਆ ਬੇਟਾ, ਜੀ ਮਾਸ਼ਾਅੱਲਾ 51 ਵਿਊਵਰਸ ਮੇਰੇ ਨਾਲ ਨੇ, ਮੇਰੇ ਸ਼ੌਕ ਕਰਾਉਂਦੇ ਆ ਇਨਸ਼ਾਅੱਲਾ। ਅੱਛਾ ਇਹ ਕਿਹੜਾ? ਇਹ ਮੇਰਾ 47 ਨੰਬਰ ਜੋੜਾ ਜੀ। ਅੱਗੇ ਕਰੋ ਥੋੜ੍ਹਾ ਜੀ, ਇੱਥੇ ਕਰੋ, ਇਹ ਤੁਹਾਡਾ 47 ਨੰਬਰ ਆ। ਕੀ ਰਿਜ਼ਲਟ ਜੀ 47 ਨੰਬਰ ਦਾ? ਲਾਜਵਾਬ ਜੀ, ਮਸਲਨ ਟਾਈਮਿੰਗ ਦੇ ਹਿਸਾਬ ਨਾਲ? ਟਾਈਮਿੰਗ ਦੇ ਹਿਸਾਬ ਨਾਲ ਆਪਣਾ ਉਸਤਾਦ ਯਾਸੀਨ ਆ ਉਹਨਾਂ ਦੇ ਘਰ ਦਿੱਤੇ ਜੀ ਜੀ, ਮਾਸ਼ਾਅੱਲਾ 7:40 ਤੱਕ ਬੈਠਾ ਜੀ, ਪੱਠੀ ਸੀ ਇਹਦੀ, ਦੋ ਭੈਣਾਂ ਜੀ ਬਾਜ਼ੀ ਦੇ ਵਿੱਚ, ਆਹ ਦੇਖ ਰਹੇ ਹੋ ਜੀ, ਪਰ ਦੀ ਚੌੜਾਈ ਵੀ ਬਹੁਤ ਅੱਛੀ ਹੈ, ਸ਼ੇਪ ਵੀ ਬੜੀ ਅੱਛੀ ਹੈ, ਚਲਾਈ ਵੀ ਪਰਾਂ ਦੀ ਬਹੁਤ ਅੱਛੀ ਹੈ।
ਨਾਰਾ ਹਾਂ ਜੀ ਮਾਦੀ ਦਾ ਐ ਮਾਦਾ ਮਾਦਾ ਬਹੁਤ ਕਮਾਲ ਦੀ ਹੈ ਮਾਸ਼ਾ ਅੱਲਾ ਜੀ ਕਿਆ ਬਾਤ ਹੈ ਮਾਦਾ ਮਾਦਾ ਦਾ ਮੋਹਰਾ ਵੀ ਬਹੁਤ ਅੱਛਾ ਹੈ ਅਸਲ ਦੇ ਵਿੱਚ ਇਹ ਕੱਟ ਕੇ ਰੱਖੇ ਹੁੰਦੇ ਨੇ ਇਹਨਾਂ ਨੇ ਕਬੂਤਰ ਸਾਰੇ ਕਿਉਂਕਿ ਵਿਹੜੇ ਦੇ ਵਿੱਚ ਖਾਂਦੇ ਪੀਂਦੇ ਨੇ ਖੁੱਲ੍ਹੇ ਹੋਰ ਫੜੋ ਜਿਹੜਾ ਕੋਈ ਜੋੜੇ ਤੁਹਾਡੇ ਆ 2-4 ਫੜ ਮੰਗਾਓ ਬੇਟਾ ਬੈਠੋ ਉੱਥੇ ਹੀ ਕਰਾ ਲਿਆ ਤੁਹਾਡੇ ਕੋਲ ਕੋਈ ਨੀਲ ਦੁੰਬੇ ਵੀ ਹੈ ਨੇ ਹਾਂ ਨੀਲ ਦੁੰਬਾ ਹੀ ਹੈ ਕਿਹੜਾ 11 ਨੰਬਰ ਜੋੜਾ ਇਹ 11 ਨੰਬਰ ਜੋੜਾ ਦੂਸਰੇ ਹੱਥ ਫੜੋ ਫੜਾਂਗਾ ਇੱਧਰੋਂ ਮੈਂ ਥੋੜ੍ਹਾ ਜਿਹਾ ਮੇਰੇ ਨਜ਼ਦੀਕ ਕਰੋ ਹਾਂ ਲਾ ਜਵਾਬ ਰਿਜ਼ਲਟ ਹੈ ਜੀ ਇਹ ਨੀਲ ਦੁੰਬਾ ਹੀ ਹੈ ਹਾਂ ਜੀ ਇਹ ਦੋਵਾਂ ਹੈ ਜੀ ਮਾਸ਼ਾ ਅੱਲਾ ਛੱਡੋ ਆਊਟਸਟੈਂਡਿੰਗ ਰਿਜ਼ਲਟ ਹੈ ਜੀ ਐ ਮਾਦਾ ਐਸੇ ਜੁੜੇ ਦਾ ਸੀ ਬੱਚਾ ਇਹਨਾਂ ਦਿੱਤਾ ਜੀ ਕਰਾਚੀ ਜੀ ਜੀ ਹੋਰ ਦੋ ਫੜੋ ਕਿਹੜਾ ਬੇਟਾ ਇਹ ਪਕੜੋ ਜੋੜਾ ਇਹ ਨਾਰ ਹੈ ਨਾ ਪਹਿਲੇ ਵਾਲਾ ਪਕੜੋ ਨਾਰ ਇਹ ਲੈ ਗਿਆ 35 ਨੰਬਰ ਜੋੜਾ 35 ਨੰਬਰ ਜੋੜਾ ਜੀ ਮਾਸ਼ਾਅੱਲਾ 95 ਬੰਦੇ ਆ ਇਸ ਟਾਈਮ ਮੇਰੇ ਨਾਲ ਵਿੱਚ ਅਮਰ ਅਬਾਸ ਸਾਹਿਬ ਵੀ ਦੇਖ ਰਹੇ ਨਾਈਸ ਵੀਡੀਓ ਗੋਡ ਬਲੈਸ ਯੂ ਥੈਂਕ ਯੂ ਸਰ ਸ਼ਮਸ ਅਲੀ ਸ਼ਾਹ ਜੀ ਭਾਈ ਜਾਨ ਇੱਕ ਕੰਮ ਕਰਨਾ ਵੋ ਉੱਪਰ ਵਾਲਾ ਰਾਈਟ ਸਾਈਡ ਪੇ ਪਹਿਲੇ ਨੰਬਰ ਖਾਣਾ ਨਾ ਜੋ ਉਸਕੇ ਬੱਚੇ 2 ਪਕੜ ਕੇ ਲਾਣੇ ਐ ਮੇਰਾ ਪੈਂਦੇ ਆ ਮਾਦਾ ਫੜੋ ਉਸਤਾਦ ਰਜ਼ਾਕ ਦੇ ਆ ਇਹਦਾ ਪਹਿਲੇ ਬੱਚੇ ਨਿਕਲੇ ਭੇਜੇ ਸੀ ਬਾਜੀ 'ਚ ਪਿਆ ਛੋਟਾ ਹੀ ਬੱਚਾ ਕਲੀ ਦਾ ਵਾਲੇਕੁਮ ਸਲਾਮ ਬਿਲਾਲ ਮਨਾਸ ਭਾਈ ਇਹ ਦੇਖੋ ਜੀ ਬਹੁਤ ਅੱਛੀ ਕਬੂਤਰੀ ਆ ਵੀ ਪਰ ਕੱਟੇ ਹੋਏ ਨੇ ਕਬੂਤਰ ਇਹਨਾਂ ਨੇ ਆਪਣੀ ਸੇਫਟੀ ਦੇ ਲਈ ਛੱਡੋ ਐ ਨਾ ਇਹ ਬਾਕੀ ਚੰਗਾ ਨਾਰ ਹੈ ਜੀ ਦੋਸਤੋ ਇੱਕ ਮੈਂ ਤੁਹਾਨੂੰ ਪੁਆਇੰਟ ਦੀ ਇੱਕ ਗੱਲ ਸਮਝਾਵਾਂ ਸਾਰੇ ਦੋਸਤਾਂ ਨੂੰ ਇਹ ਜਿਸ ਤਰੀਕੇ ਦੇ ਨਾਲ ਇਸ ਕਬੂਤਰ ਦੀ ਅੱਖ ਦੇ ਥੱਲੇ ਜ਼ਮੀਨ ਰੋਸ਼ਨ ਹੈ ਨਾ ਇਸ ਤਰ੍ਹਾਂ ਅੱਖ ਦੇ ਵਿੱਚ ਚਮਕ ਹੋਣੀ ਚਾਹੀਦੀ ਹੈ ਉਹ ਬੇਸ਼ੱਕ ਬਰੀਡਰ ਹੋਵੇ ਬੇਸ਼ੱਕ ਪਰਵਾਜ਼ੀ ਹੋਵੇ ਕਿਉਂ ਜੀ ਕੈਸਾ ਰਿਜ਼ਲਟ ਹੈ ਤੁਹਾਡਾ ਬਹੁਤ ਅੱਛਾ ਰਿਜ਼ਲਟ ਮਾਸ਼ਾ ਖੁਸ਼ ਹੈ ਜੀ ਸਰ ਮੇਰੇ ਤੁਸੀਂ ਫੜੋ ਤਰਾ ਕੈਮਰਾ ਤੁਸੀਂ ਫੜੋ ਤੇ ਮੈਂ ਦਿਖਾਉਣਾ ਇਸ ਤਰ੍ਹਾਂ ਬਸ ਲਓ ਜੀ ਇਹ ਇੱਥੇ ਇੱਕ ਮੇਰਾ ਫੇਵਰੇਟ ਜੋੜਾ ਹੈ ਇਹ ਮੇਰਾ ਫੇਵਰੇਟ ਜੋੜਾ ਹੈ ਜਿਹਦੇ ਬੱਚਿਆਂ ਨੂੰ ਇਹ ਪਰ ਲੱਗੇ ਦੇਖ ਲਓ ਬਈ ਜਵਾਬ ਨਹੀਂ ਉੱਠ ਕੇ ਡੁੱਬਣਾ ਇਹਨਾਂ ਤੇ ਖਤਮ
ਇਹ ਮੇਰਾ ਫੇਵਰੇਟ ਪਰ ਹੈ ਔਰ ਇਹ ਫੇਵਰੇਟ ਕਟਿੰਗ ਦਾ ਬੱਚਾ ਨਿਕਲਿਆ। ਦੂਸਰਾ ਵੀ ਦਿਖਾਓ ਬੇਟਾ, ਬੈਠ ਨਾ ਬਸ ਮੇਰੇ 'ਤੇ ਕਰਾ ਦੀ। ਬਾਕੀ ਹੈ ਇਹ ਉਹਦਾ ਭਾਈ ਹੈ, ਉਸੇ ਬੱਚੇ ਦਾ। ਇਹਦਾ ਮਾਂ ਬਾਪ ਵੀ ਦਿਖਾਈਏ, ਦਿਖਾ ਦੀ, ਇਸਕਾ ਮਾਂ ਬਾਪ ਵੀ ਪਕੜ ਕੇ ਲਿਆਓ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਆ ਦੇਖ ਰਹੇ ਕੀ ਲਿਖਿਆ, 145 ਵੀਵਰ। ਅਸਲ 'ਚ ਕਬੂਤਰ ਕੱਟੇ ਹੋਏ ਨੇ, ਇਹਨਾਂ ਦੀ ਸਿਰਫ ਕਟਿੰਗ ਔਰ ਸ਼ੇਪ ਹੀ ਦੇਖਣ ਵਾਲੀ ਹੈ ਫਿਰ ਕਿ ਕੀ ਕਟਿੰਗ ਹੈ। ਬਾਕੀ ਇਹ ਮਾਸ਼ਾਅੱਲਾ ਪਰਾਂ ਨੂੰ ਬਹੁਤ ਅੱਛਾ ਸਮਝਦੇ ਨੇ, ਇਸ ਕਰਕੇ ਇਹਨਾਂ ਨੇ ਬੜੀ ਤਾਲਮੇਲ ਕਰਕੇ ਜੋੜੇ ਲਗਾਏ ਹੋਏ। ਉਸਤਾਦ ਬਹੂ ਜਾ ਸਾਹਿਬ ਵੀ ਆ ਗਏ ਮਾਸ਼ਾਅੱਲਾ ਨਾਲ। ਲਿਆ ਬੇਟਾ ਕਬੂਤਰ ਵੀ ਦਿਖਾ, ਹੋਰ ਦੱਸੀ ਜਾਓ ਉਹਨੂੰ ਕਿਹੜਾ ਫੜੇ ਅਤੇ ਕਿਹੜਾ ਦਿਖਾਏ, ਦੱਸ ਦਿਓ। ਇਹ ਉਸ ਕਬੂਤਰੀ ਦੇ ਨਾਲ ਇਹ ਨਰ ਲੱਗਾ ਜਿਹਦੇ ਦੋ ਜਿਹਦੇ ਬੱਚੇ ਤੁਹਾਨੂੰ ਮੈਂ ਪਹਿਲੇ ਦਿਖਾਏ ਨੇ। ਹਿੱਲਣ ਕਿਉਂ ਡੇ, ਕੱਟੇ ਹੋਏ ਨੇ ਦੇਖ ਰਹੇ, ਕੱਟਣ ਦੇ ਬਾਵਜੂਦ ਸਟਰਕਚਰ ਕੈਸਾ, ਬਹੁਤ ਲਾਜਵਾਬ ਰਿਜ਼ਲਟ ਹੈ ਇਸ ਜੋੜੇ ਦਾ। ਰਿਜ਼ਲਟ ਕਿੱਦਾਂ ਨਾ ਲਾਜਵਾਬ ਹੋਏ, ਸਾਨੂੰ ਪਸੰਦ ਹੋਵੇ ਬੱਚੇ, ਜੋੜੇ ਦਾ ਰਿਜ਼ਲਟ ਲਾਜਵਾਬ ਨਾ ਹੋਏ। ਇਹ ਕਿੱਥੇ ਲਿਖਿਆ, ਕਿਹੜੀ ਕਿਤਾਬ 'ਚ ਲਿਖਿਆ, ਅੱਲਾ ਮਾਫ ਕਰੇ। ਹੈ ਕੀ ਕਿਹੜਾ, ਕਿੰਨੇ ਨੰਬਰ, ਇਹ 37 ਨੰਬਰ ਜੋੜਾ, ਨਾਲ ਨਾਲ ਦੱਸਦੇ ਰਹਿਣਾ ਤਾਂ ਕਿ ਬਾਅਦ 'ਚ ਕੋਈ ਬੰਦਾ ਤੁਹਾਡੇ ਨਾਲ ਰਾਬਤਾ ਕਰਦਾ ਅਤੇ ਫਿਰ ਇਹ ਨਾ ਹੋਵੇ ਤੁਸੀਂ ਕਹੋ ਮੈਨੂੰ ਨਹੀਂ ਪਤਾ, ਨਾ ਨਾ ਨੰਬਰ ਬੋਲਦੇ ਜਾਓ, ਫਿਰ ਉਹ ਤੁਹਾਨੂੰ ਲਿਖ ਕੇ ਭੇਜ ਦੇਣਗੇ ਕਿ 37 ਨੰਬਰ ਆ ਜੀ। 37 ਨੰਬਰ ਜੋੜਾ ਜੀ, ਬੜਾ ਪਹਿਲਾਂ ਦੇਖਿਆ ਉਹ 48 ਨੰਬਰ ਸੀ, ਇਹ 37 ਨੰਬਰ। ਲਓ ਜੀ, ਕਮਾਲ ਦਾ ਕੁੰਦਾ ਲੱਗਾ ਇਸ ਕਬੂਤਰੀ ਨੂੰ। ਹੈ ਜੇ ਚੈਂਪੀਅਨ ਕਬੂਤਰ ਦੀ ਜ਼ਮੀਨ ਔਰ ਰੱਖ ਦੀ ਚਮਕ। ਸ਼ਾਬਾਸ਼, ਇਹ ਜੁੜਾ ਲਾਇਆ? ਹਾਂਜੀ। ਇਹ ਕਿਹੜੇ ਕਿੰਨੇ ਨੰਬਰ ਜੁੜਾ? ਇਹ 37 ਨੰਬਰ ਜੁੜਾ ਤੁਹਾਨੂੰ ਦੱਸਿਆ ਬੇਟਾ, ਬੀਟ ਕਰਵਾ ਲਿਆ ਕਰੋ। ਇਹ ਕੱਪੜਾ ਵੀ ਲਾਓ, ਜਲਦੀ ਜਲਦੀ ਲਿਆ, ਉਹ ਕੱਪੜਾ ਲਿਆ। ਇਹ ਕਿੰਨੇ ਨੰਬਰ ਜੋੜਾ ਜੀ? ਇਹ 37 ਨੰਬਰ ਜੋੜਾ, ਉਹ ਮਾਦਾ ਜਿਹੜੀ ਤੋਂ ਪਹਿਲਾਂ ਦੇਖੀ ਹੈ ਤੇ ਇਹ ਉਹਦਾ ਨਾਂ ਆ। ਉਹ 5 ਨੰਬਰ ਜੋੜਾ ਲੈ ਗਿਆ, ਪਹਿਲੇ ਦੱਸ ਦਿਆ ਕਰੋ ਨਾ ਤਾਂ ਕਿ ਫਿਰ ਉਹ ਹਿਸਾਬ ਨਾਲ ਪੜੀ ਲਿਆ। ਦਾਣਾ ਪਾਤਾ ਇਹਨਾਂ ਨੂੰ,
ہاں جی استاد جی، ہاں جی ہاں جی، اللہ کا کرم جی ہے، پانچ نمبر جڑا ہے، ابھی پاس جڑا ہے، رزلٹ جڑا نہیں جی، یہ جی تھی سارے ہیں نا کمنٹس دیکھ رہے ہیں پھر گل کر رہے ہیں، جناب کراچی دے وچ میاں نذیر پارٹی دے بہت زبردست سرگرم کھلاڑی جناب سردار عبدالقیوم صاحب بھی سن دیکھ رہے ہیں، کی حال ہے خان صاحب، خیریت ہے، ٹھیک ٹھاک ہو، صحت بھی ٹھیک ہے؟ انٹرویو دے رہے ہیں اودے تے، اے دا گل کر لو صاحب، بولا اچھا لاؤ میرے کان جی، السلام علیکم بولا جی، میں دوسری سائڈ تے لائیو سی، میں کہتا ہوں دو منٹ بعد جوائن کر لینے ہیں، میں کہا مڑ کے تسی تھلے کمنٹس دیو گے، فینسی کدی لکھو گے کچھ، بھائی اختر دا انٹرویو لے رہے ہیں، سرکار تسی کل امب کھوائے تے ہن تانوں پرنی تے پہنی سی، تسی میں اتھوں فارغ ہو کے تانوں دس داں کدا استعمال کرنا، ٹھیک ہو گیا سرکار، ٹھیک ہو گیا، سانوں ساری سمجھ آ رہی ہے تہاڈی، ہاں جی پانچ دس منٹ وچ پئی رہن دینی ہے، مڑ کے اودے چک لینی ہے تے وہ پیاسے رکھ کے ماڑا جا پیا دو، دیکھو مار دے ٹھپے، نہیں کچھ نہیں پانا، وہ ایک دیش کی وڈی دے وچ بھر کے انہوں سٹ دیو وچ، ٹھیک ہے، پانچ سات منٹ بعد انہوں وچوں کڈ لو، کڈ کے ہلا کے وہی نیرا ہی پانی پا دو، ہاں جی تے دو تین دن پالو لگاتار، ہاں جی جی پالو، ہاں جی مسئلہ کوئی نہیں، انشاءاللہ کوڑے ارگے ہو جانگے، ٹھیک ہے سر، ٹھیک ہے، کنے نمبر جوڑا بھائی؟ پانچ نمبر جوڑا بہت اعلیٰ رزلٹ ہے، یہ جو صاحب نے دی تھی، ٹھیک، یہ میرا دس نمبر جوڑا جی، دس نمبر، میرے بچے پڑھے ہوئے انہوں نے بھی تھوڑا شوق کرانے، ماشاء اللہ دکھاؤ بھائی، لو جی اے اینو کہندے جے بندے والی اکھ، اے جس طریقے دے نال کالے نور دے باہر رنگ نظر آ رہا سب دوستاں نوں، انتہائی انٹیلیجنٹ کبوتر دی نشانی، اور جدھر کالے نور دا چکاؤ ہے چنجل، وہ دے تھلے دیکھو ایک کارنر دے اوپر بے بنی ہوئی ہے گہرا جا تھلے، جدھر چنج دی طرف جتھے جا کے نور دا چنج بنتا اتھے ایک تھلے گہری بے بنی ہوئی، ایک کبوتر نکل جائے اڑ جائے تیسرے دن بھی گھر ہی آئے گا، مر جائے گا لیکن جڑا نہ کسی ہور جگہ نہیں جائے گا، اپنے گھر ہی آ کے بیٹھے گا، یہ بے حد انٹیلیجنٹ عقلمند ذہین کبوتر دی نشانی ہے، اور بڑا بہت زبردست ہے، اور زمین بھی بڑی اچھی ہے، رنگ بھی بڑی بہت اچھا، اکھ دا سائز بھی بہت اچھا ہے، پلکاں بھی بہت اچھی ہیں، اے سارے کٹے ہوئے نے بہرحال، ماشاء اللہ بڑا آؤٹ سٹینڈنگ رزلٹ ہے، دو بچے تھوڑا دکھانے لے کے آؤ بیٹا، بچے ادھر ٹینکی میں چھوڑے، کوئی نہیں بھولیا میں، اچھا چلو ہور تسی اندر میرے کو دکھاؤ نا، اور تیس نمبر جوڑا دکھاؤ، پڑھیے ذرا جی، دوستو کوئی مزہ بھی آ رہا ہے شوق دا یا بس ٹائم پاس ہو رہا ہے، چودھری مصطفیٰ صاحب چیمپئن آف جہلم وہ بھی ساڈے نال نے، سارا میرا ایک نمبر جوڑا، ایک نمبر جوڑا جی، واہ چھڈو ہے مادا جی،
ਇਹ ਪੰਜ ਨੰਬਰ ਜਿਹੜੀ ਜੋੜਾ ਨਹੀਂ ਸੀ ਉਹਦਾ ਪਠਾ صاف کیتا ہے تسی پڑھو میں بچوں کا شوق کرا دس منٹ بچے دس نمبر بھی چنگے ہے پر جڑے وہ پچھلے بچے بھی تسی دکھائے نا وہ یہ مثال وہ جڑے میں اپنی پسند ہے دکھائے بڑی اچھی گروتھ بھی بڑی اچھی ہوئی اور پرفیکشن بھی بڑی اچھی ہے ہماری لو جی بہت ہے میرے خیال بھائی جی دوستو امید ہے سب دوستوں بڑا مزہ آیا ہے گا دیکھ کے شوق بھائی اختر دے کول بے مشاہ بے شمار کبوتر نے تے جڑے چند ایک کبوتر سی چیدہ چیدہ وہ میں سارے دوستوں نے شوق کراتا انشاءاللہ اللہ خیر کرے بہت جلد دوبارہ ملاقات ہوئے گی میں کہا چلو روزے دا ٹائم ہے تے دوستوں نال لئیے تے ذرا شوق دیاں گلاں ہو جان اور ذرا شوق ہو جائے تے انشاءاللہ دوبارہ ملاقات ہوں دیئے تے اس وقت تک رجازت چاہنے ہیں جی اللہ حافظ